ਕੀ ਹਾਲ ਚਾਲ ਨੇ, ਤੁਸੀਂ ਵੇਖ ਰਹੇ ਹੋ ਮਦਰ ਸਾਇਨ ਟੀ ਵੀ ਅਤੇ ਮੈਂ ਤੁਹਾਡਾ ਮਿਹਰਬਾਨ ਮਦਰ ਸਾਇਨ ਜੋਈਆ। ਦੋਸਤੋ, ਨਵੇਂ ਨਵੇਂ ਮਸ਼ਵਰੇ ਇਨਸ਼ਾਅੱਲਾ ਤਾਲਾ ਮਿਲਣਗੇ ਔਰ ਨਵੀਆਂ ਨਵੀਆਂ ਤੁਹਾਨੂੰ ਚੀਜ਼ਾਂ ਵਿਖਾਵਾਂਗਾ। ਸਭ ਤੋਂ ਪਹਿਲੇ ਜਿਹੜੇ ਮੇਰੇ ਦੋਸਤ ਮੇਰੇ ਭਰਾ ਨੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਨਾਬ ਸਬਸਕ੍ਰਾਈਬ ਚੈਨਲ ਨੂੰ ਕਰ ਲਓ ਅਤੇ ਨਾਲ ਹੀ ਇੱਕ ਬੈੱਲ ਦਾ ਬਟਨ ਉਹਨੂੰ ਵੀ ਓਕੇ ਕਰੋ ਅਤੇ ਵੀਡੀਓ ਨੂੰ ਜਨਾਬ ਲਾਈਕ ਵੀ ਕਰਨਾ, ਦੋਸਤਾਂ ਨਾਲ ਸ਼ੇਅਰ ਵੀ ਕਰਨਾ ਅਤੇ ਮੇਰੇ ਚੈਨਲ ਨੂੰ ਜਨਾਬ ਲਾਜ਼ਮੀ ਸਬਸਕ੍ਰਾਈਬ ਕਰਨਾ। ਜਿਹੜਾ ਬੰਦਾ ਜਨਾਬ ਬੱਕਰੀਆਂ ਰੱਖਣਾ ਚਾਹੁੰਦਾ ਹੈ, 20-25-30 ਉਹਨਾਂ ਦਾ ਰੱਖਣ ਦਾ ਮੈਂ ਤੁਹਾਨੂੰ ਤਰੀਕਾਕਾਰ ਵਿਖਾਉਣਾ ਅਤੇ ਉਹਨਾਂ ਦੇ ਚਾਰੇ ਖਾਣ ਦਾ ਤਰੀਕਾਕਾਰ ਵਿਖਾਉਣਾ। ਕੈਮਰਾਮੈਨ ਸਾਹਿਬ ਵਿਖਾਓ। ਇਹ ਜਨਾਬ ਬੱਕਰੀਆਂ ਵਿੱਚ ਵੜਦੀਆਂ ਸੀ ਅਤੇ ਇਹ ਮਾਲਕਾਂ ਨੇ ਨਾ ਬੜਾ ਬਿਹਤਰੀਨ ਜਿਹਾ ਇਹਨਾਂ ਦਾ ਬੰਦੋਬਸਤ ਕੀਤਾ ਹੈ। ਇਹ ਬੱਕਰੀਆਂ ਜਨਾਬ ਵਿੱਚ ਪਿਸ਼ਾਬ ਵੀ ਕਰਦੀਆਂ ਸੀ ਅਤੇ ਆਪਣਾ ਮੇਂਗਣਾ ਵੀ ਕਰਦੀਆਂ ਸੀ। ਇਸ ਤਰ੍ਹਾਂ ਬੱਕਰੀ ਹੈ ਜਿਹੜੀ, ਉਹ ਨਾ ਚਾਰਾ ਜ਼ਾਇਆ ਕਰੇਗੀ, ਨਾ ਪਿਸ਼ਾਬ ਕਰੇਗੀ, ਨਾ ਵਿੱਚ ਮੇਂਗਣਾ ਕਰੇਗੀ। ਉਹ ਮਾਸ਼ਾਅੱਲਾ ਇਹ ਵੇਖੋ ਨਾ, ਮਾਲਕ ਨੇ ਇਹ 25-30 ਬੱਕਰੀਆਂ ਰੱਖੀਆਂ ਨੇ ਮਾਲਕ ਨੇ। ਇਹ ਵੇਖੋ ਨਾ, ਸੁਰਾਖ ਕੱਢੇ, ਮੋਰੀਆਂ ਰੱਖੀਆਂ ਹੋਈਆਂ, ਯਾਨੀ ਸੁਰਾਖ ਰੱਖੇ ਨੇ, ਦਾਇਰੇ ਰੱਖੇ ਨੇ, ਇਹਨਾਂ ਨੇ ਵਿੱਚ ਵਰ ਕੇ ਪੱਠੇ ਖਾਣੇ ਨੇ। ਸੇਰੀ ਲੰਘ ਸਕਦਾ, ਸਿਰਫ ਬੱਕਰੀ ਨਹੀਂ ਗੁਜ਼ਰ ਸਕਦੀ। ਚਾਰਾ ਵੀ ਖਰਾਬ ਨਹੀਂ ਕਰੇਗੀ, ਚਾਰਾ ਬਿਲਕੁਲ ਖਰਾਬ ਨਹੀਂ ਹੋਏਗਾ। ਇਹ ਤਰੀਕਾਕਾਰ ਦੋਸਤੋ, ਬਿਲਕੁਲ ਸਾਦਾ ਜਿਹਾ ਕੰਮ, ਖਰਚਾ ਘੱਟ ਏ ਇਸ ਕੰਮ 'ਤੇ ਅਤੇ ਫਾਇਦਾ ਜ਼ਿਆਦਾ ਹੈ। ਇਹ ਮੈਂ ਭਾਈ ਨੂੰ ਪੁੱਛਿਆ ਕਿ ਯਾਰ, ਉਹਨੇ ਕਿਹਾ ਯਾਰ ਮੈਂ ਕਿਸੇ ਤੁਹਾਨੂੰ ਟਕਨੀਕ ਲਿਆਂਦੀ ਸੀ ਇਹ, ਮੈਂ ਕਿਹਾ ਚੱਲ ਮੈਂ ਆਪਣੇ ਦੋਸਤਾਂ ਨੂੰ ਵਿਖਾ ਦੇਵਾਂ ਤਾਂ ਕਿ ਮੇਰੇ ਦੋਸਤਾਂ ਦੀ ਤਬੀਅਤ ਖੁਸ਼ ਹੋ ਜਾਵੇ। ਇਹ ਜਨਾਬ ਬੱਕਰੀਆਂ ਇਹ ਜੀ ਲੈਣ ਦੇ ਵਿੱਚ ਮਾਸ਼ਾਅੱਲਾ ਕਤਾਰ ਦੇ ਵਿੱਚ ਖਾ ਰਹੀਆਂ ਜਨਾਬ ਚਾਰਾ ਇਹ ਬੱਕਰੀਆਂ। ਅਤੇ ਇਹ ਛੋਟਾ ਜਿਹਾ ਫਾਰਮ ਬਣਾਇਆ ਭਾਈ ਹੋਰਾਂ ਨੇ, ਤਕਰੀਬਨ 3 ਕੁ ਮਰਲੇ ਜਗ੍ਹਾ, 4 ਕੁ ਮਰਲੇ ਇਹਦੇ ਵਿੱਚ ਬੱਕਰੀਆਂ ਰੱਖੀਆਂ ਨੇ। ਸਰਦੀਆਂ ਵਾਲੀ ਵੀ ਜਗ੍ਹਾ ਹੈ ਅਤੇ ਗਰਮੀਆਂ ਵਾਲੀ ਵੀ ਇਹ। ਬਾਹਰੋਂ ਤੁਹਾਨੂੰ ਇਹਨਾਂ ਦੀ ਖੁਰਲੀ ਵਿਖਾਤੀ ਜਿੱਥੇ ਚਾਰਾ ਖਾਂਦੀਆਂ ਨੇ, ਜਿਸ ਤਰੀਕੇ ਕਾਰ ਨਾਲ ਇਸ ਤਰ੍ਹਾਂ ਜਨਾਬ ਇਹ ਨੁਕਸਾਨ ਨਹੀਂ ਕਰਦੀਆਂ ਚਾਰੇ ਦਾ। ਅਗਰ ਦੋਸਤ ਕੋਈ ਫਾਰਮ ਇਸ ਤਰ੍ਹਾਂ ਦਾ ਚਾਰ ਜਨਾਬ ਫਾਰਮ ਬਣਾਉਣਾ ਚਾਹਵੇ ਤਾਂ ਅਸੀਂ ਜਨਾਬ ਜਗ੍ਹਾ ਵਿਖਾਤੀ ਹੈ ਅਤੇ ਤੁਸੀਂ ਜਨਾਬ ਬਣਾ ਸਕਦੇ ਹੋ ਇਸ ਤਰ੍ਹਾਂ ਦਾ। ਬਿਲਕੁਲ ਆਸਾਨ ਤਰੀਕਾ ਔਰ ਆਸਾਨ ਕੰਮ ਹੈ, ਐਡਾ ਖਰਚੇ ਵਾਲਾ ਜ਼ਿਆਦਾ ਕੰਮ ਨਹੀਂ ਹੈਗਾ। ਮੈਂ ਬਾਰ ਬਾਰ ਹੋ ਜਾਵਾਂਗੀ, ਬਾਰ ਬਾਰ ਪਰਲੇ ਪਾਸੇ ਬਾਰ ਬਾਰ ਸਲੀਨਾ ਖਾਂਦੇ ਬੱਕਰੀਆਂ ਨੂੰ ਵੀ ਸਹੀ ਬੰਦੋਬਸਤ ਇਹ ਜਨਾਬ ਮਾਸ਼ਾਅੱਲਾ ਕੈਮਰਾਮੈਨ ਸਾਹਿਬ ਤੁਹਾਨੂੰ ਵਿਖਾ ਰਹੇ ਨੇ ਬੜੀ ਤਸੱਲੀ ਨਾਲ ਕਿ ਇਹ ਸੈਲਜ ਜਿਹੜਾ ਮੱਝਾਂ ਗਾਵਾਂ ਨੂੰ ਪਾਈਦਾ, ਸੈਲਜ ਅਤੇ ਤੂੜੀ ਅਤੇ ਬਰਸਮ ਇਹ 3 ਚੀਜ਼ਾਂ ਮਿਲਾ ਕੇ ਇਹਨਾਂ ਬੱਕਰੀਆਂ ਨੂੰ ਚਾਰਾ ਪਾ ਰਹੇ ਜਨਾਬ। ਭਾਈ ਕਹਿੰਦੇ ਨੇ ਸਰਦੀ ਨੇ ਬੱਕਰੀਆਂ ਦੀ ਬੱਸ ਕਰਾ ਦਿੱਤੀ, ਪਹਿਲੇ ਸਿਹਤ ਠੀਕ ਸੀ ਬੱਕਰੀਆਂ ਦੀ, ਹੁਣ ਥੋੜ੍ਹੀ ਜਿਹੀ ਡਾਊਨ ਹੋ ਚੁੱਕੀ ਸਿਹਤ। ਵਿਖਾ ਰਹੇ ਅੰਦਰ, ਇਹ ਜਨਾਬ ਅੰਦਰ ਦੀ ਜਗ੍ਹਾ ਵਿਖਾ ਰਿਹਾ ਮੇਰਾ ਕੈਮਰਾਮੈਨ ਤਾਂ। ਇਹ 3-4 ਮਰਲੇ ਫਾਰਮ ਹੈ ਛੋਟਾ ਜਿਹਾ ਬੱਕਰੀਆਂ ਦਾ। ਅਗਰ ਕੋਈ ਬਿਜ਼ਨਸ ਕਰਨਾ ਚਾਹੇ ਬੱਕਰੀਆਂ ਦਾ ਜਨਾਬ, ਮੇਰਾ ਭਾਈ ਬਗੈਰ ਬਿਨਾਂ ਲਾਉਂਸ ਬਿਨਾਂ ਕੁਛ ਲਿਆ ਦਿੱਤੇ, ਇਨਸ਼ਾਅੱਲਾ ਮਸ਼ਵਰੇ ਤੁਹਾਨੂੰ ਮੁਫਤ ਮਿਲਣਗੇ। ਮੇਰੇ ਚੈਨਲ ਜਨਾਬ ਸਬਸਕ੍ਰਾਈਬ ਕਰੋ ਅਤੇ ਲਾਈਕ ਵੀ ਕਰੋ ਵੀਡੀਓ ਨੂੰ ਅਤੇ ਸ਼ੇਅਰ ਵੀ ਕਰੋ। ਇਹ ਜਨਾਬ ਆਪਣੇ 15-20-30 ਘਰ ਦੇ ਵਿੱਚ ਜਾਨਵਰ ਤੁਸੀਂ ਰੱਖ ਸਕਦੇ ਹੋ ਅਤੇ ਘਰ ਦਾ ਕੰਮ ਵੀ ਤੁਸੀਂ ਸਟਾਰਟ ਕਰ ਸਕਦੇ ਹੋ। ਮਿਲਦੇ ਹਾਂ ਜਨਾਬ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।
ਚੱਲੀਏ।